सत श्री अकाल जी, मैं परमवीर सिंह बाठ तुहाडा स्वागत करदा। तुसी देख रहे हो प्राइम एशिया टीवी। भदौड़ विधानसभा हलका चर्चा का केंद्र बनिया होया। एक पासे मौजूदा मुख्यमंत्री पंजाब चरणजीत सिंह चन्नी कांग्रेस पार्टी की टिकट ते चोण लड़ रहे ने, ते दूसरे पासे आम आदमी पार्टी ने नौजवान लाभ सिंह उगोके होरां नूं टिकट दित्ती है। मुकाबला सख्त है। पंजाब भर के लोगों दीआं नज़रां इस विधानसभा हल्के दे उत्ते टिकियां होईआं, ते सब तो वड्डी गल कि आम आदमी कौन है, इहदी बहुत वड्डी इस वेले लोगों के चर्चा है। मुख्यमंत्री साहब कहिंदे मैं आम आदमी हाँ, लाभ सिंह होरी कहिंदे कि सारे नूं पता मैं आम आदमी है। सो इस हल्के दे नतीजे दे उत्ते नज़रां टिकियां रहणगीआं। लाभ सिंह होरी साडे नाल अज्ज गलबात करन दे लई हाज़र ने। लाभ सिंह जी, स्वागत है तुहाडा प्राइम एशिया टीवी ते। बहुत बहुत धन्यवाद प्राइम एशिया टीवी का जी। लाभ सिंह जी, मैनूं इह दस्सिओ कि हुण लोकां दी पहिलां तां आपां जिज्ञासा शांत करनी है कि एक नौजवान आम आदमी पार्टी की टिकट के उत्ते चोण लड़ रहा है, थोनू किन्ना क तजर्बा पंजाब दे आम लोगों दीआं मुश्किलां दा, क्योंकि आम बच्चा सरकारी स्कूल च पढ़दा, पहला प्राइमरी स्कूल च, फिर हाई स्कूल च, फिर सीनियर सैकेंडरी स्कूल च। आम बंदा जिहड़ा उह सरकारी बस दे विच सफ़र करदा कि माड़ी मोटी पास की सहूलत मिल जाए, आम बंदा सरकारी डीपू तो समान लैके आउंदा है, आम बंदा जिहड़ा सरकारी हस्पताल डिस्पेंसरी तो इलाज कराउंदा है, जे उहनूं तजर्बा होएगा कि की समस्या है, फिर ही उह हल कर सकेगा। मुख्यमंत्री साहब के मुकाबले तुसी चोण लड़ रहे हो, की कदे इन्हां स्थितियां दा सामना कीता, किसे सरकारी संस्था दे विच जाण दा मौका मिलिया? बिल्कुल जी, मैं मेरे पिंड दे सरकारी स्कूल तो पढ़े हां जी, ठीक है, ते अगे जिहड़ा इक साडा कॉमन सांझा स्कूल आ सुखपुरे पिंड दे विच, सरकारी सीनियर सैकेंडरी स्कूल, उत्थों पढ़े हां जी मैं। ते सरकारी बसां दे विच जिहड़ियां खड़कदियां PRTC दीआं CC वालीआं बसां, उहनां दे विच बड़े वारी सफ़र करिया। ਤੇ ਸਰਕਾਰੀ ਹਸਪਤਾਲਾਂ 'ਚ ਵੀ ਜਿਹੜਾ ਜਾਂਦੇ ਹੀ ਰਹਿੰਦੇ ਆ ਜੀ। ਤੇ ਇੱਕ ਉੱਥੇ ਨਵੇਕਲੀ ਚੀਜ਼ ਇਹ ਆ ਜੀ ਕਿ ਡਾਕਟਰ ਨੂੰ ਮਿਲਣ ਦੀ ਪਰਚੀ 10 ਰੁਪਏ ਆ, ਮੋਟਰਸਾਈਕਲ ਖੜਾਉਣ ਦੀ ਪਰਚੀ 20 ਰੁਪਏ ਆ। ਤੇ ਇਹ ਸਾਰੀਆਂ ਚੀਜ਼ਾਂ ਅਸੀਂ ਬੜੇ ਵਾਰੀ ਜਿਹੜੀ ਹੈਗੀਆਂ ਰੋਜ਼ ਹਰ ਰੋਜ਼ ਹੀ ਦੇਖਦੇ ਹਾਂ। ਅੱਛਾ, ਯਾਨੀ ਜਿਹੜਾ ਤੁਹਾਡਾ ਮੋਟਰਸਾਈਕਲ ਐਤਕੀ ਇਲੈਕਸ਼ਨ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਆ, ਉਹਦੇ ਹਸਪਤਾਲ ਦੇ ਵਿੱਚ ਖੜੇ ਹੋਣ ਦੇ ਰੁਪਈਏ 20 ਲੱਗਦੇ ਆ, ਤਾਂ ਪਰਚੀ ਡਾਕਟਰ ਦੀ 10 ਰੁਪਈਏ ਆ, ਇਹ ਸ਼ਾਇਦ ਪੰਜਾਬ। ਬਿਲਕੁਲ ਜੀ ਜੀ, ਮੈਨੂੰ ਲੱਗਦਾ ਕਿ ਡਾਕਟਰਾਂ ਨੂੰ ਸਾਰਿਆਂ ਨੂੰ ਠੇਕੇ ਲੈ ਲੈਣੇ ਚਾਹੀਦੇ ਆ ਜੀ, ਜਿਹੜੇ ਹਿਸਾਬ ਨਾਲ ਗਵਰਨਮੈਂਟ ਨੇ ਇਹਨਾਂ ਨੂੰ ਇਸ ਤਰ੍ਹਾਂ ਜੀ ਰੱਖਿਆ ਹੋਇਆ। ਠੀਕ ਹੈ ਲਾਭ ਸਿੰਘ ਜੀ, ਹੁਣ ਤੁਸੀਂ ਮੈਨੂੰ ਇਹ ਦੱਸਿਓ ਕਿ ਦੋਸ਼ ਤਾਂ ਲੱਗਦੇ ਰਹਿੰਦੇ ਆ, ਜੇ ਲਾਭ ਸਿੰਘ ਉਗੋਕੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੱਧ ਵੋਟਾਂ ਲੈ ਕੇ MLA ਬਣ ਜਾਂਦੇ ਨੇ, ਤਾਂ ਕੀ ਲਾਭ ਸਿੰਘ ਉਦਾਂ ਹੀ ਆਮ ਆਦਮੀ ਰਹੂਗਾ ਜਿੱਦਾਂ ਹੁਣ ਤੱਕ ਆਮ ਆਦਮੀ ਆ? ਤੁਸੀਂ ਕਹਿੰਦੇ ਹੋ ਮੇਰੇ ਕੋਲ ਇੱਕ 2014 ਮਾਡਲ ਮੋਟਰਸਾਈਕਲ ਹੈ, ਸਰਕਾਰੀ ਹਸਪਤਾਲ 'ਚ ਗਏ ਹੋ, ਸਰਕਾਰੀ ਸਕੂਲ 'ਚ ਗਏ ਹੋ, ਜਾਂ ਫਿਰ ਹਵਾਵਾਂ ਕਈ ਵਾਰੀ ਉੱਚੀਆਂ ਵੀ ਹੋ ਜਾਂਦੀਆਂ, ਆਪਾਂ ਦੇਖਿਆ ਪੰਜਾਬ 'ਚ। ਦੇਖੋ ਜੀ, ਹਾਲਾਤ ਜਿਹੜੇ ਜਿਹੜੀ ਗੱਲ ਹੈਗੀ ਕਿ ਬਦਲਣ ਵਾਲੀ, ਜਿਹਨਾਂ ਹਾਲਾਤਾਂ ਦੇ ਵਿੱਚੋਂ ਮੈਂ ਨਿਕਲ ਕੇ ਆਇਆ ਜੀ, ਉਹ ਹਾਲਾਤ ਪੂਰੇ ਪੰਜਾਬ ਦੇ ਬਦਲਣੇ, ਨਾ ਕਿ ਆਪਣੇ ਘਰਾਂ ਦੇ। ਕੱਲ੍ਹ ਨੂੰ ਇਹ ਨਹੀਂ ਹੋਊਗਾ ਕਿ ਲਾਭ ਸਿੰਘ ਦੂਸਰੇ ਲੀਡਰਾਂ ਵਾਂਗੂ ਬਦਲ ਜੂਗਾ, ਕਿਉਂਕਿ ਨਾ ਤਾਂ ਮੈਂ ਲੀਡਰਾਂ ਦੇ ਘਰੇ ਜੰਮਿਆ ਅਤੇ ਨਾ ਹੀ ਲੀਡਰ ਬਣਨ ਆਏ ਆ। ਔਰ ਇਹ ਹਲਕਾ ਮੇਰਾ ਆਪਦਾ ਪਰਿਵਾਰ ਆ ਜੀ, 1,56,000 ਵੋਟਰਾਂ ਦਾ, ਅਤੇ ਇਹ ਹਲਕਾ ਉਹਨਾਂ ਲੋਕਾਂ ਦੇ ਲਈ ਹੋਊਗਾ ਜਿਹੜੇ ਬਾਹਰੋਂ ਆਏ ਨੇ ਇੱਥੇ ਜਿੱਤਣ ਦੇ ਲਈ। ਸ਼ਾਇਦ ਉਹਨਾਂ ਨੂੰ ਲੱਗਦਾ ਕਿ ਅਸੀਂ ਜਾਵਾਂਗੇ ਅਤੇ ਉੱਥੇ ਜਿੱਤ ਜਾਵਾਂਗੇ, ਪਰ ਇਸ ਹਲਕੇ ਦੇ 74 ਪਿੰਡਾਂ ਦੀਆਂ ਮੁਸ਼ਕਲਾਂ ਦੇ ਨਾਲ ਅਸੀਂ ਹਰ ਰੋਜ਼ ਦੋ ਦੋ ਹੱਥ ਹੁੰਦੇ ਹਾਂ, ਅਤੇ ਸਾਨੂੰ ਪਤਾ ਕਿ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਕੀ ਨੇ, ਅਤੇ ਉਹਨਾਂ ਦੇ ਹੱਲ ਹਾਲੇ ਤਾਈਂ ਹੋਏ ਨਹੀਂ। ਉਹਨਾਂ ਦੇ ਹੱਲ ਦੇ ਲਈ ਅਸੀਂ ਜੂਝ ਰਹੇ ਹਾਂ, ਅਤੇ ਉਹਨਾਂ ਦੇ ਹੱਲ ਕਰਾਂਗੇ ਜੀ, ਨਾ ਕਿ ਆਪਣੇ ਕੋਈ ਹੱਲ ਕਰਾਂਗੇ। ਅੱਛਾ ਲਾਭ ਸਿੰਘ ਜੀ, ਮੈਨੂੰ ਇੱਕ ਗੱਲ ਦੱਸਿਓ, ਤੁਹਾਨੂੰ ਵੋਟ ਕੌਣ ਪਾਊਗਾ? ਉਹ ਕਹਿੰਦੇ ਜੀ ਅਸੀਂ ਮੁਲਾਜ਼ਮ ਕੱਚੇ ਜਿਹੜੇ ਆ ਉਹ ਪੱਕੇ ਕਰਤੇ, ਨੌਕਰੀਆਂ ਦੇ ਦਿੱਤੀਆਂ, ਬਿਜਲੀ ਦੇ ਬਿੱਲ ਘਟਾ ਤੇ, ਰੇਤਾ ਸਸਤੀ ਕਰ ਦਿੱਤੀ। ਉਹ ਤਾਂ 111 ਦਿਨਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ ਕਹਿੰਦੇ ਆ ਕਿ ਇੰਨੇ ਕੰਮ ਕਰ ਦਿੱਤੇ ਜਿੰਨੇ ਪੰਜਾਬ ਦੇ ਵਿੱਚ ਹਿਸਟਰੀ 'ਚ ਕਦੇ ਹੋਏ ਨਹੀਂ ਸੀ, ਪਰ ਲਾਭ ਸਿੰਘ ਨੂੰ ਵੋਟ ਕੋਈ ਕਿਉਂ ਪਾਊਗਾ? ਮੈਨੂੰ ਮਾੜਾ ਜਿਹਾ ਸਮਝਾਇਓ। ਇਹਨਾਂ ਜੀ 4 ਦਿਨ ਪਹਿਲਾਂ ਚੰਨੀ ਸਾਹਿਬ ਆਏ ਸੀ ਮੇਰੇ ਹਲਕੇ ਭਦੌੜ ਦੇ ਪਿੰਡ ਕੋਟ ਜੀ, ਤੇ ਉੱਥੇ ਨਾ ਪਿੰਡ ਵਾਲੇ ਨੇ ਟਰਾਲੀਆਂ ਲਾ ਲਈਆਂ ਸੜਕ ਤੇ। ਕਹਿੰਦੇ ਚੰਨੀ ਸਾਹਿਬ, ਇੱਕ ਤਾਂ ਉਹਨਾਂ ਦੁਕਾਨਾਂ ਦੇ ਐਡਰੈਸ ਲੈ ਕੇ ਜਾਓ ਜਿੱਥੋਂ ਰੇਤੀ 5.5 ਰੁਪਏ ਫੁੱਟ ਮਿਲਦੀ ਆ, ਤੇ ਇੱਕ ਉਹ 36,000 ਚੋਂ ਕੋਟ ਦੁਨੇ ਦੇ 36 ਬੰਦਿਆਂ ਦੇ ਸਾਨੂੰ ਨਾਮ ਨੰਬਰ ਦੇ ਦਿਓ ਜਿਹੜੇ ਕੈਪਟਨ ਅਮਰਿੰਦਰ ਸਿੰਘ ਵੇਲੇ ਡਾਂਗਾ ਖਾਂਦੇ ਸੀ, ਤੇ ਤੁਸੀਂ ਉਹਨਾਂ ਨੂੰ ਜੁਆਇਨਿੰਗ ਲੈਟਰ ਦੇਤੇ। ਤੇ ਚੰਨੀ ਸਾਹਿਬ ਨੇ ਜਦੋਂ ਗੀਜਿਆ ਜਾਂ ਹੱਥ ਮਾਰਿਆ, ਕਹਿੰਦੇ ਜੀ ਲਿਸਟਾਂ ਤਾਂ ਚਮਕੌਰ ਸਾਹਿਬ ਰਹਿ ਗਈਆਂ, ਤੇ ਉਹ ਕਹਿੰਦੇ ਫਿਰ ਟਰਾਲੀਆਂ ਵੀ ਉਦੇ ਹਟਾਵਾਂਗੇ ਜਿੱਦਾਂ ਤੁਸੀਂ ਲਿਸਟਾਂ ਲੈ ਕੇ ਆਓਗੇ। ਠੀਕ ਹੈ ਜੀ, ਅੱਛਾ ਕੰਮ ਜੀ, ਸਿਰਫ ਸਿਰਫ ਗੱਲਾਂ ਕਰੀਆਂ ਜੀ ਇਹਨਾਂ ਨੇ,
मैं कहना जी पंजाब का कोई यह जहाँ दरख्त नहीं होना जिथे चरणजीत सिंह चन्नी ने बोर्ड ना लाया हो। कहते लोगों का चन्नी, गरीबों का चन्नी, घर घर चली गल, चन्नी कर दा मसले हल। तो भदौड़ वाले हुण कहते कि घर घर चली गल तो चन्नी कहतों भज्या भदौड़ वाल। जे चमकौर साहब ने लोगों के मसले हल करे होंगे तो जद्दी हलका छड़ के भदौड़ वाल ना आना पैंदा। अच्छा लाभ सिंह जी, चलो ठीक है, तुसी अपने पद्धर ते गल करती। मैं एक होर गल थोड़े तो जरूर समझनी है कि कहानी उरे परे होगी। आम तौर दे उत्ते वोटर जड़ा हुंदा ना, जदों वड्डा बंदा को आके चोण लड़े तां वोटर उलर जांदा हुंदा। थोड़े सामने तां समस्या बहुत है। पिछली बार थोड़े हलके तों तुहाडी पार्टी दे बंदे नूं टिकट दित्ती सी, उहनां नूं लोकां परमल सिंह होरां नूं जिताया भी, उह होर पासे चले गए, काडर तां उह नाल लै गए होणे आ, फिर थोड़े नाल प्रचार कौण करदा? देखो जी मेरे हलके की स्थिति यह है जी कि जीरो नेगेटिविटी है मेरे हलके च। आम आदमी पार्टी का जे कोई सब तो पॉजिटिव विधानसभा है तो जी भदौड़ है। जेड़े गए ने जी वो कल ही गए ने तो उन्होंने नाल कोई हलके का वोटर जो कोई बंदा नहीं गया। तो जे कल्ले गए ने तो अज लोग उन्होंने उन्होंने पिंड ची धक्के मार रहे ने। तो मैं कहना जी बदसलूकी उन्होंने नाल हुई है वो तो सारे मीडिया ने देख ही लिया होना। जिसे चरणजीत सिंह चन्नी धौले आई सी उन्होंने जान के नाल कोई बड़ा फर्क नहीं पिया जी। जिहड़ा साडा पार्टी का जिहड़ा वलंटियर बेस आ जिहड़ा साडा अहुदेदार ने वो उसे तरह 2013 के आखिरी महीनों तो पार्टी के नाल स्टैंड कर रहे ने। तो जिहड़े छड के गए ने जी वो कल्ले ही गए ने ते उन्होंने नाल कोई होर नहीं तुरिया जी। अच्छा लाभ सिंह जी, मैनू एक होर दस्यो थोड़ा जिहा। पिछले समय च बड़े दोष लगे जी, नवे बंदियां नू आया नू टिकटां देतियां, वर्कर नू, वलंटियर नू आम आदमी पार्टी ने पुछया नहीं। लाभ सिंह आम आदमी पार्टी दे विच किन्ने दिन पहलां आया है? लाभ सिंह ने आम आदमी पार्टी लई की कम कीता? जे लाभ सिंह पुराना आया तां पिछले फिर 5 सालां चों 4 साल तां लाभ सिंह घरे बैठा होगा। लाभ सिंह फिर लोगों के दुख सुख च शरीक तो नहीं होया होना? की गतिविधि रही है जो थोड़ी सरकार नहीं सी बने, जे तुसी आम आदमी पार्टी के वर्कर सी पिछले 5 सालों के कीता की, डखा तोड़िया की? 2013 के आखिरी महीने तो वार्ड साहब मैं पार्टी नाल जुड़िया जी। ते हफ्ता क पहला तकरीबन पंजाब के जिहड़े लोकल चैनल ने उन्होंने मेरी 8 साल पुरानी जिहड़ियां फोटो भी वायरल होईयां सी उन्होंने। ते जदों तो पार्टी की सरकार बनी आ सॉरी जदों तो आम आदमी पार्टी दे विच आए हाँ उस समय तो लैके पार्टी दीआं नीतियां नूं घर घर तक लैके जा रहे हैं। जदों साडे एमएलए परमल सिंह धौला जित गए सी तां उदों भी असीं इक वर्कर दे तौर ते कम करदे सी पर जदों छड के गए ने तां फिर पार्टी दे लई इक मतलब वधिया तरीके नाल होर कम करना शुरू करिया। जिहड़े भी पार्टी दे मैसेज आउंदे सी लोकां तक डिलीवर करने, लोकां दे दुख सुख दे विच जाणा, किसे तरां दीआं कोई समस्यावां ने उन्हां दे हल दे लई जिहड़ा साथियां दे नाल मिल के हल्के भदौड़ दे लई दे नाल कम कीता जी। जी लाभ सिंह जी, जे तुसी जितदे हो, मान लो असी असी कोई शुभ इच्छा नहीं दिंदे, असी कोई ऐसी गल नहीं करते, मान लो थोड़ी पार्टी की सरकार नहीं बनती पर तुसी जित जाने हो, तुसी विरोधी धिर दे विच हुन्ने हो, फिर भी लोगों के सरगर्म रहोगे कि ये कह के बुत्ता तो नहीं सार दोगे जी असी तो विरोधी धिर दे विच हां जी, सरकार तो कोई रुपया धेला दिंदी नहीं, क्योंकि काम होर बहुत सारे होंगे है, सरकारी दफ्तर च रिश्वतखोरी चलती है, एमएलए जाके खड़ जाए, किसी की जरूरत नहीं होंगी कि भाई को रुपया धेला लै जाए, पर जे आप फिर घरे बैठे रहेंगे तो काम औखा हो जाऊ, उहदे लई थोड़ी रणनीति की है? वार साहब घरे बैठने के लिए नहीं आए जी। तो एक गल दसना चाहूंगा कि साल पहला मेरे शहर तपा मंडी दे ढिलवां फाटक तो लैके ढिलवां यूनिवर्सिटी ताईं 4 किलोमीटर सड़क का टोटा जी सी ते वह 3.5 सालों तो बनया नहीं सी। असी बड़े बारी मतलब उन्होंने कहा महकमे वालों के बना दो भाई बना दो इन बिच दी कम जा चला के उन्होंने रोकता। ते उहदे नाल मंडी का जिहड़ा ग्राहक सी बड़ा टुट रहा जी सी। ते उत्थे असीं इक ना नवेकली जी चीज करी जी कि असीं उत्थे भीख मंगी दुकानां दे जा जा जिहड़ा इलैक्ट्रॉनिक्स मीडिया उतों भी प्रिंट मीडिया तो भी कवर कराया मतलब इन्ना क हाईलाइट कराया। उस तो बाद सैकेंड डे जिहड़े साडे कोले 525 रुपया इकट्ठे होए सी वो असीं डीसी बरनाला नूं देणगे दे लईए। उत्थे असीं मीडिया तो फिर कवर कराया जी जी। मतलब 2 दिनां दे विच सरकार नूं शर्मसार करके तीजे दिन सड़क का काम शुरू करवाया जी। तो 16 दिनों बाद सरकार नूं वो डबल लेयर सड़क बनानी पैगी। तो हाले तो जी लोगों की आवाज बने हुए हैं तो जे हल्के लोग फतवा दे के भेजणगे तो फिर अफसरों मौके से सद के काम भी करावांगे, रिश्वतखोरी भी रोकांगे
ਤੇ ਲੋਕਾਂ ਦੀ ਆਵਾਜ਼ ਬਣ ਕੇ ਵਿਧਾਨ ਸਭਾ ਦੇ ਵਿੱਚ ਸਾਡੇ ਮੁੱਦਿਆਂ ਦੇ ਹੱਲ ਲਈ ਜੂਝਦੇ ਰਵਾਂਗੇ। ਕੋਠੀ 'ਚ ਕਿੰਨੇ ਕਮਰੇ ਨੇ ਜਿਹੜੀ ਕੋਠੀ 'ਚ ਰਹਿੰਦੇ ਹੋ? ਮੇਰੇ ਘਰ ਦੇ 2 ਕਮਰੇ ਨੇ ਜੀ। ਠੀਕ ਹੈ ਜੀ। ਕਾਰਾਂ ਕਿੰਨੀਆਂ ਨੇ? ਮੋਟਰਸਾਈਕਲ ਹੈ ਜੀ, ਉਹੀ ਠੀਕ। 2014 ਮਾਡਲ ਡੀਲਕਸ। ਐਫੀਡੈਵਿਟ ਦੇਣਾ ਪੈਂਦਾ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਕਰੀਦੇ ਆ, ਨਾਮਜ਼ਦਗੀ ਪਰਚੇ ਫਾਈਲ ਕਰੀਦੇ ਆ। ਕਿੰਨੇ ਕਰੋੜ ਰੁਪਈਏ ਦੱਸਿਆ ਕਿ ਚੱਲ ਅਚਲ ਪ੍ਰਾਪਰਟੀ ਹੈਗੀ ਆ ਜੀ? ਦੇਖੋ ਜੀ, ਮੇਰੀ ਫੈਮਿਲੀ ਦੀ, ਮੇਰੀ ਵਾਈਫ ਦੀ, ਮੇਰੇ ਤੇ ਮੇਰੇ ਪਰਿਵਾਰ ਦੀ ਲਾ ਕੇ ਮਤਲਬ ਦੱਸਿਆ ਜੀ 2.5 ਲੱਖ ਠੀਕ ਰੁਪਇਆ। ਹੈ ਜੀ। ਤੇ ਕਿੰਨੀਆਂ ਗੱਡੀਆਂ ਦਾ ਕਾਫਲਾ ਤੁਰਦਾ ਜੀ ਜਦੋਂ ਲਾਭ ਸਿੰਘ ਹੋਰੀ ਨਾਲ ਚੱਲਦੇ ਆ? 15 ਗੱਡੀਆਂ ਮੂਹਰੇ, 15 ਪਿੱਛੇ, ਕਿੰਨੀਆਂ ਕੁ ਗੱਡੀਆਂ ਦੇ ਕਾਫਲੇ ਚੱਲਦੇ ਹੋ ਪ੍ਰਚਾਰ ਕਰਨ? ਦੇਖੋ ਜੀ, ਮੈਂ ਤਾਂ ਜੀ ਇੱਕੋ ਇੱਕ ਗੱਡੀ ਤੇ ਨਿਕਲਦਾ ਜੀ। ਜੀ, ਉਹ ਵੀ ਮੇਰੇ ਮਿੱਤਰ ਦੀ ਆ। ਤੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚੋਂ ਮੋਟਰਸਾਈਕਲ ਗੱਡੀਆਂ ਆਪਣੇ ਆਪ ਜੁੜ ਰਹੇ ਨੇ, ਤੇ ਉਹਨਾਂ ਦੇ ਆਪਣੇ ਆਪ ਹੀ ਉਹੀ ਲਹਿਰ ਬਣੀ ਹੋਈ ਆ ਕਿ ਐਤਕੀ ਪੰਜਾਬ ਦੇ ਲਈ ਬਦਲਾਅ ਦੀ ਲੋੜ ਹੈ। ਕਿਉਂਕਿ ਮੈਂ ਗੱਡੀਆਂ ਦੇ ਕਾਫਲੇ ਤੋਰਾਂ, ਉਹ ਮੇਰੀ ਹੈਸੀਅਤ ਹੈ ਨਹੀਂ ਬਾਠ ਠੀਕ ਸਾਹਿਬ। ਹੈ ਜੀ। ਲਾਭ ਸਿੰਘ ਜੀ, 3-4 ਦਿਨ ਰਹਿ ਗਏ ਆ, ਕਹਿੰਦੇ ਹੁੰਦੇ ਆ, ਮੈਂ ਮੰਨਦਾ ਨਹੀਂ ਕੋਈ ਪੰਜਾਬੀ ਇਦਾਂ ਦਾ, ਕਹਿੰਦੇ ਆ ਮਾੜਾ ਮੋਟਾ ਕਈ ਸ਼ਾਮ ਨੂੰ ਛਿੱਟ ਛੁੱਟ ਲਾਉਣ ਵਾਲੇ ਵੀ ਹੁੰਦੇ ਆ, ਉਹਨਾਂ ਨੂੰ ਵੀ ਸੌਦਾ ਪੱਤਾ ਭੇਜਣਾ ਪੈਂਦਾ, ਕੋਈ ਵੋਟਾਂ 4 ਰੁਪਈਏ ਵੀ ਜੇਬ ਜੂ 'ਚ ਪਾ ਕੇ, ਫਿਰ ਪ੍ਰਬੰਧ ਤਾਂ ਪੂਰਾ ਹੋਣਾ ਲਾਭ ਸਿੰਘ ਦੀ ਟੀਮ ਦਾ। ਦੇਖੋ ਜੀ, ਸਾਡਾ ਪ੍ਰਬੰਧ ਉਹੀ ਹੈ ਜਿਹੜਾ 2013 ਤੋਂ ਸੀ। ਇੱਕ, ਲੋਕਾਂ ਨੂੰ ਵਿਸ਼ਵਾਸ ਦੇ ਕੇ ਵੋਟ ਮੰਗ ਰਹੇ ਹਾਂ ਜੀ, ਉਹਨਾਂ ਨੂੰ ਇੱਕ ਭਵਿੱਖ ਦਿਖਾ ਰਹੇ ਹਾਂ ਉਹਨਾਂ ਦੇ ਬੱਚਿਆਂ ਦਾ, ਤੇ ਉਹਨਾਂ ਦਾ ਆਉਣ ਵਾਲਾ ਪੰਜਾਬ ਦਿਖਾ ਰਹੇ ਹਾਂ, ਉਹਦੇ ਲਈ ਵੋਟ ਮੰਗ ਰਹੇ ਹਾਂ। ਤੇ ਇੱਕੋ ਹੀ ਗੱਲ ਕਹਿ ਰਹੇ ਹਾਂ ਜੀ ਕਿ ਅਗਲੇ 5 ਸਾਲ ਬਾਅਦ ਵੋਟਾਂ ਸਿਰਫ ਕੰਮ ਦੇ ਆਧਾਰ ਤੇ ਮੰਗਣ ਆਵਾਂਗੇ, ਤੇ ਜੇ ਕੰਮ ਨਹੀਂ ਕਰਾਂਗੇ ਤਾਂ ਵੋਟਾਂ ਮੰਗਣ ਨਹੀਂ ਆਵਾਂਗੇ, ਕਿਉਂਕਿ ਨਾ ਲੀਡਰਾਂ ਦੇ ਘਰੇ ਜੰਮੇ ਆ ਤੇ ਨਾ ਹੀ ਲੀਡਰ ਬਣਨ ਦੇ ਲਈ ਆਏ ਹਾਂ। ਠੀਕ ਹੈ ਜੀ। ਲਾਭ ਸਿੰਘ ਜੀ, ਕਿਹੜੇ 3-4 ਮੁੱਦੇ ਹੋਣਗੇ? ਕਿਉਂਕਿ ਠੀਕ ਹੈ, ਮੁਫਤ ਦੀਆਂ ਗੱਲਾਂ ਤਾਂ ਤੁਹਾਡੀ ਪਾਰਟੀ ਵੀ ਕਰਦੀ ਹੈ, ਬਾਕੀ ਪਾਰਟੀਆਂ ਵੀ ਕਰਦੀਆਂ, ਪਰ ਲੋਕਾਂ ਦੇ ਇਸ਼ੂ ਕੁਝ ਹੋਰ ਨੇ। ਸਿਹਤ ਦਾ ਮੁੱਦਾ ਹੈ, ਸਿੱਖਿਆ ਦਾ ਮੁੱਦਾ, ਵਾਤਾਵਰਣ ਦਾ ਮੁੱਦਾ, ਬਹੁਤੀਆਂ ਪਾਰਟੀਆਂ ਆਉਂਦੀਆਂ ਨਹੀਂ ਉਧਰਲੇ ਪਾਸੇ ਨੂੰ। ਲਾਭ ਸਿੰਘ ਦੇ 3-4-5 ਮੁੱਦੇ ਕੀ ਹੋਣਗੇ ਜੇ ਤੁਸੀਂ ਜਿੱਤਦੇ ਹੋ ਤਾਂ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਕਿ ਸਕੂਲਾਂ ਨੂੰ ਵਧੀਆ ਬਣਾਉਣਾ, ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਆ ਉਹਨੂੰ ਖਤਮ ਕਰ ਰਹੀਆਂ ਸਰਕਾਰਾਂ। ਕਿਉਂਕਿ ਸਰਕਾਰਾਂ ਚਾਹੁੰਦੀਆਂ ਜੇ ਨਿਉਂ ਮਾੜੀ ਹੋਊ ਤਾਂ ਉਹਦੇ ਤੇ ਮਕਾਨ ਵਧੀਆ ਨਹੀਂ ਬਣਨਾ। 8ਵੀਂ ਤਾਂ ਹੀ ਕਿਸੇ ਨੂੰ ਫੇਲ ਨਹੀਂ ਕਰਦੇ ਤੇ 9ਵੀਂ 10ਵੀਂ ਚ ਪਾਸ ਕਿਵੇਂ ਹੋਣਾ? ਜੇ ਜੇ ਸਾਡੇ ਲੋਕ ਅਨਪੜ੍ਹ ਰਹਿਣਗੇ ਤਾਂ ਹੱਕ ਨਹੀਂ ਮੰਗਣਗੇ, ਤੇ ਜੇ ਕੋਈ ਅਨਪੜ੍ਹ ਤਾਂ ਉਹਨੇ ਨੌਕਰੀ ਕੀ ਮੰਗਣੀ ਆ? ਸੋ ਅਨਪੜ੍ਹ ਰੱਖਣ 'ਚ ਸਰਕਾਰਾਂ ਦਾ ਫਾਇਦਾ ਜੀ। ਸਕੂਲਾਂ ਦੇ ਵਿੱਚ ਵਧੀਆ ਪੜ੍ਹਾਈ ਕਰਾਈ ਜਾਊਗੀ, ਜਿਹਦੇ ਤੋਂ ਸਾਡੇ ਬੱਚੇ ਇੱਥੋਂ ਪੜ੍ਹ ਕੇ ਇੱਥੇ ਹੀ ਅਫਸਰ ਲੱਗ ਸਕਣ। ਤੇ ਦੂਸਰਾ, ਮੇਰੇ ਹਲਕੇ ਭਦੌੜ ਦੇ ਵਿੱਚ 2 ਜਿਹੜੇ ਹੋਸਪਿਟਲ ਪੈਂਦੇ ਨੇ ਜੀ, ਇੱਕ ਭਦੌੜ ਤੇ ਇੱਕ ਸਬ ਡਿਵੀਜ਼ਨ ਤਪਾ ਦੇ ਵਿੱਚ, ਤੇ ਦੋਨੇ ਹੀ ਖੁਦ ਬਿਮਾਰ ਨੇ ਜੀ, ਤੇ ਉਹਨਾਂ ਦੇ ਇਲਾਜ ਦੇ ਲਈ ਪਹਿਲੇ ਦਿਨ ਤੋਂ ਕੰਮ ਕਰਾਂਗੇ। ਉਸ ਤੋਂ ਬਾਅਦ ਮੇਰੇ ਹਲਕੇ ਭਦੌੜ ਦੇ ਵਿੱਚ ਕੋਈ ਵੀ ਚੰਗਾ ਖੇਡ ਸਟੇਡੀਅਮ ਨਹੀਂ ਠੀਕ ਹੈਗਾ ਹੈ। ਜੀ, ਜਿੱਥੋਂ ਬੱਚੇ ਓਲੰਪਿਕਸ ਦੇ ਲਈ, ਏਸ਼ੀਅਨ ਗੇਮਸ ਦੇ ਲਈ ਕੁਆਲੀਫਾਈ ਕਰ ਸਕਣ, ਤਾਂ ਉਹ ਅਸੀਂ ਪ੍ਰਾਇੋਰਟੀ ਬੇਸ ਤੇ ਉਹਨੂੰ ਕਰਾਂਗੇ ਜੀ। ਤੇ ਦੂਸਰਾ ਜੀ, ਜਿਹੜਾ ਮੇਰੇ ਹਲਕੇ ਦੇ ਵਿੱਚ ਹੀ ਇੱਕ ਐਸੀ ਸੜਕ ਹੈ ਜੀ ਜਿਹੜੀ ਲੰਮੇ ਸਮੇਂ ਤੋਂ ਨਹੀਂ ਬਣ ਰਹੀ, ਅਸੀਂ ਉਹਦੇ ਬਾਰੇ ਵੀ ਬੜਾ ਮਤਲਬ ਜ਼ੋਰ ਲਾਇਆ। ਕਦੇ ਉਹਦੇ ਤੇ ਕਹਿੰਦੇ ਵਣ ਵਿਭਾਗ ਵੱਲੋਂ ਰੋਕ ਲੱਗੀ ਹੋਈ ਹੈ। ਇਸ ਤਰ੍ਹਾਂ ਦੀਆਂ ਬੜੀਆਂ ਸੜਕਾਂ ਨੇ ਜੀ, ਕਿਉਂਕਿ ਆਵਾਜਾਈ ਦੇ ਸਾਧਨ ਆ ਜਿਹੜੇ, ਜਿਹੜੀਆਂ ਰੋਡਾਂ ਤੇ ਅਸੀਂ ਚੱਲਣਾ, ਉਹ ਜੇ ਵਧੀਆ ਨਹੀਂ ਹੋਣਗੇ ਤਾਂ ਉਹਦੇ ਨਾਲ ਸਾਧਨਾਂ ਦਾ ਵੀ ਨੁਕਸਾਨ ਹੁੰਦਾ, ਤੇ ਮੰਡੀਆਂ ਤੱਕ ਪਹੁੰਚਦੇ ਨੇ ਜਿਹੜੇ ਗ੍ਰਾਹਕ, ਉਹ ਘੱਟ ਪਹੁੰਚਣਾ ਸ਼ੁਰੂ ਕਰ ਦਿੰਦੇ ਨੇ, ਤੇ ਉਹਦੇ ਨਾਲ ਵਪਾਰ ਦਾ ਵੀ ਜਿਹੜਾ ਨੁਕਸਾਨ ਹੁੰਦਾ। ਠੀਕ ਹੈ ਜੀ। ਤੇ ਜੀ ਦੂਜੀ ਗੱਲ ਇਹ ਹੈ ਜੀ, ਅਨਇੰਪਲੋਇਮੈਂਟ ਦੀ ਹੈ ਜੀ, ਕਿ ਬੇਰੁਜ਼ਗਾਰੀ ਬੜੀ ਵੱਡੀ ਸਮੱਸਿਆ। ਤੇ ਅਸੀਂ ਜਦੋਂ ਕੁਛ ਸਮਾਂ ਪਹਿਲਾਂ ਸਾਡੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਮੀਟਿੰਗ ਸੀ, ਤਾਂ ਉਹਨਾਂ ਦੇ ਨਾਲ ਅਸੀਂ ਇਹ ਵਿਸ਼ੇ ਤੇ ਗੱਲ ਕਰੀ ਸੀ ਕਿ ਪੰਜਾਬ ਦੇ ਵਿੱਚ ਐਗਰੀਕਲਚਰ ਬੇਸ ਇੰਡਸਟਰੀ ਹੋਣੀ ਚਾਹੀਦੀ ਆ, ਤਾਂ ਕਿ ਸਾਨੂੰ ਲੋਕਲ ਰੁਜ਼ਗਾਰ ਵੀ ਮਿਲੇ ਤੇ ਕਿਸਾਨ ਵੀ ਸੌਖਾ ਹੋਵੇ। ਜੀ ਤੇ ਇੱਕ ਜਿਹੜੀ ਪਿੰਡਾਂ 'ਚ ਵੱਡੀ ਸਮੱਸਿਆ ਬਾਠ ਸਾਹਿਬ, ਕਿ ਪਿੰਡਾਂ ਦੇ ਛੱਪੜ ਨੇ ਜਿਹੜੇ ਓਵਰਫਲੋ ਹੋ ਰਹੇ ਨੇ, ਤੇ ਉਹ ਗੰਦੇ ਬਣੀ ਕਰਕੇ ਬਿਮਾਰੀਆਂ ਦਾ ਕਾਰਨ ਬਣ ਰਹੇ ਨੇ। ਤੇ ਇੱਕ ਬੜਾ ਸੌਖਾ ਜਿਹਾ ਸਾਧਨ ਆ ਸੀਚੇਵਾਲ ਮਾਡਲ ਕਰਕੇ, ਉਹ ਪਾਣੀ ਨੂੰ ਫਿਲਟਰ ਕਰਕੇ ਖੇਤੀਯੋਗ ਬਣਾਇਆ ਜਾ ਸਕਦਾ, ਜਿਹਦੇ ਨਾਲ ਸਾਡਾ ਧਰਤੀ ਹੇਠਲਾ ਅੰਮ੍ਰਿਤ ਰੂਪੀ ਪਾਣੀ ਵੀ ਬਣੂ ਬਚੂਗਾ, ਤੇ ਕਿਸਾਨਾਂ ਨੂੰ ਜਿਨ੍ਹਾਂ ਕੋਲ ਮੋਟਰ ਨਹੀਂ ਹੁੰਦੀ ਉਹਨਾਂ ਨੂੰ ਉਹ ਪਾਣੀ ਦੇ ਕੇ ਉਹਨਾਂ ਦੀ ਫਸਲ ਵੀ ਸਿੱਚੀ ਜਾ ਸਕਦੀ। ਜੀ ਲਾਭ ਸਿੰਘ ਜੀ, ਤੁਸੀਂ ਜੁੜੇ, ਤੁਹਾਡਾ ਧੰਨਵਾਦ। ਮੈਂ ਦਰਸ਼ਕਾਂ ਦੀ ਕਚਹਿਰੀ 'ਚ ਛੱਡਦਾ ਇੱਕ ਗੱਲ, ਪਤਾ ਨਹੀਂ ਸਰਕਾਰਾਂ ਤਾਂ ਪਿਛਲੇ 20 ਸਾਲਾਂ ਤੋਂ ਕਹਿੰਦੀਆਂ ਕਿ ਅਸੀਂ ਲੱਖਾਂ ਨੌਜਵਾਨ ਰੁਜ਼ਗਾਰ ਦੇ ਦਿੱਤਾ, ਲਾਭ ਸਿੰਘ ਨੇ ਪਤਾ ਨਹੀਂ ਕਿਹੜੇ ਬੇਰੁਜ਼ਗਾਰਾਂ ਨੌਕਰੀ ਦੇਣੀ, ਕਿਉਂਕਿ ਜਿੰਨੇ ਅੰਕੜੇ ਉਹਨਾਂ ਨੇ ਦੱਸਿਆ ਮੇਰੇ ਖਿਆਲ ਨਾਲ ਤਾਂ ਪੰਜਾਬ 'ਚ ਕੋਈ ਬੇਰੁਜ਼ਗਾਰ ਹੋਣਾ ਨਹੀਂ। ਛੱਪੜਾਂ ਦੀ ਸਫਾਈ ਦੀਆਂ ਖਬਰਾਂ ਅਸੀਂ ਪਿਛਲੇ 20 ਸਾਲ ਤੋਂ ਪੜ੍ਹਦੇ ਹਾਂ ਕਿ ਛੱਪੜਾਂ ਦੀ ਸਫਾਈ ਲਈ ਪੈਸੇ ਆ ਗਏ ਜੀ, ਛੱਪੜਾਂ ਦੀ ਸਫਾਈ ਮੁਹਿੰਮ ਚੱਲ ਰਹੀ ਹੈ, ਤੁਸੀਂ ਹੁਣ ਓਵਰਫਲੋ ਛੱਪੜ ਜਿਹੜੇ ਉਹਨਾਂ ਨੂੰ ਦਰੁਸਤ ਕਰਨਾ, ਸਾਫ਼ ਕਰਨਾ, ਤੁਸੀਂ ਦੱਸ ਦਿਓ ਵੀ ਦਰਸ਼ਕ
जिहड़े भी साडे परिवार के मैंबर ने कि भाई छप्पड़ साफ होने वाले हैगे कि लाभ सिंह होरी लीडर बंदे ने हवा च तीर मारदे आ। तीसरी गल एजुकेशन च आपां नंबर एक हाँ, सेहत दे विच नंबर एक हाँ, लाभ सिंह होरी पता नहीं किहड़े वादे करदे आ। मैं दर्शकों की कचहरी छड़दा ते लाभ सिंह जी जांदे आ जांदे आ कुछ होर कहना होवे तां कह दिओ जी, लोक सियाणे ने बार साहब मैं तो जी थानू बेनती जी करूंगा कि प्राइम एशिया की टीम मेरे नाल जी चले, पिंडां दे स्कूल किन्ने क क्वालिटी ऑफ एजुकेशन ने वह दिखा देंगे, पिंडां दे छप्पड़ां दे विच किन्नी क सफाई हुई है वह दिखा देंगे। तो जिहड़े अंकड़िया की गल करते हैं जी कि असी नौकरियां दित्तियां, मैनू ये लगता कि उन्हां भैणां भरावां दे पिट्ठां ते डांगां दे दाग आ वह जाके मीडिया राही कवर कर लाँगे जिहड़े नौकरी मंगण जी जाते हैं। कहण नूं ये बड़ा कुछ कहिंदे ने, असी एक पंजाबी च तुसी मेरे नालों वध इस चीज़ के तुहानू पता कि जदों पूरी गर्मी हुंदी आ जी, अत जोबन की गर्मी हुंदी आ, तां जदों सड़क ते निकलदे आ तां सामने यह लगता हुंदा जिवें पानी चल रहा, उहनू मिरग तृष्णा कहिंदे आ जी जी। ते पंजाब दे लोकां नू अकाली दल वाले ते कांग्रेस वाले मिरग तृष्णा दिखा रहे कि असीं विकास करिया, ओ किलोमीटर अगे जाके देखो विकास करिया, ਉਹ 2 ਕਿਲੋਮੀਟਰ ਅੱਗੇ ਜਾ ਕੇ ਦੇਖੋ ਵਿਕਾਸ ਕਰਿਆ, ਪਰ ਕਰਿਆ ਕੁਛ ਹੁੰਦਾ ਨਹੀਂ। ਉਹ ਮਿਰਗ ਤ੍ਰਿਸ਼ਨਾ 'ਚ ਪੰਜਾਬ ਦੇ ਲੋਕ ਫਸੇ ਹੋਏ ਆ, ਤੇ ਆਮ ਆਦਮੀ ਪਾਰਟੀ ਐਤਕੀ ਪੰਜਾਬ ਦੇ ਲੋਕਾਂ ਨੂੰ ਇਹਨਾਂ ਮਿਰਗ ਤ੍ਰਿਸ਼ਨਾ 'ਚੋਂ ਕੱਢ ਕੇ ਅਸਲੀ ਵਿਕਾਸ ਕੀ ਹੁੰਦਾ, ਅਸਲੀ ਸਿਹਤ ਸਹੂਲਤਾਂ ਕੀ ਹੁੰਦੀਆਂ, ਜਿਹੜੀ ਇੰਪਲਾਈਮੈਂਟ ਜਨਰੇਟ ਕਰਨੀ ਉਹ ਕਿਵੇਂ ਹੁੰਦੀ ਆ, ਉਹ ਸਾਰਾ ਕੁਛ ਕਰਕੇ ਜੀ ਦਿਖਾਵਾਂਗੇ। ਬਹੁਤ ਸ਼ੁਕਰੀਆ ਜੀ, ਤੁਸੀਂ ਜੁੜੇ, ਮਿਹਰਬਾਨੀ ਜੀ। ਧੰਨਵਾਦ। ਸੋ ਇਹ ਸਨ ਜੀ ਲਾਭ ਸਿੰਘ ਗੋਕੇ ਸਾਹਿਬ, ਆਮ ਆਦਮੀ ਪਾਰਟੀ ਦੇ ਭਦੌੜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ, ਸਧਾਰਨ ਪਰਿਵਾਰ ਦੇ ਵਿੱਚੋਂ ਨੇ, ਇੱਕ ਮੋਟਰਸਾਈਕਲ ਹੈ, ਸਾਰੀਆਂ ਗੱਲਾਂ ਉਹਨਾਂ ਨੇ ਦੱਸੀਆਂ ਅਤੇ ਪਿਛਲੇ ਲੰਬੇ ਸਮੇਂ ਤੋਂ ਚਰਚਿਤ ਨੇ, ਪਰ ਮੁਕਾਬਲਾ ਉਹਨਾਂ ਦਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਹੈ। ਭਦੌੜ ਦੇ ਲੋਕ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਅਤੇ 10 ਮਾਰਚ ਨੂੰ ਨਤੀਜੇ ਵਾਲੇ ਦਿਨ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਆਮ ਆਦਮੀ ਮੰਨਦੇ ਆ ਜਾਂ ਲਾਭ ਸਿੰਘ ਗੋਕੇ ਹੋਰਾਂ ਨੂੰ, ਉਸ ਦਿਨ ਪਤਾ ਲੱਗੇਗਾ। ਇੱਥੇ ਦਿਓ ਪਰਮਵੀਰ ਸਿੰਘ ਬਾਠ ਨੂੰ ਆ ਗਿਆ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।